ਅੱਜ ਦਿਨੇ ਹੀ ਮੇਰੀ ਮੈਂ ਸਾਹ ਕੋਈ 2 ਵਜੇ ਦੇ ਕਰੀਬ ਪਾਣੀ ਪੀ ਕੇ ਮੋਟਰ ਤੋਂ ਥੋੜ੍ਹੇ ਕੁ ਦੂਰ ਪਹੁੰਚੀ ਨੇ ਆਪਣੇ ਆਪ ਹੀ ਮੈਂ ਸਮਝ ਪਿੰਡ ਕਪਿਆਲ ਜੀ ਠੀਕ ਹੈ ਅਤੇ ਭੱਜਣ ਲੱਗ ਗਈ ਮੈਂ ਸਾਹ ਪਾਣੀ ਪੀਣ ਤੋਂ ਬਾਅਦ ਕੋਈ ਕਿਤੇ ਜਾ ਕੇ ਡਿੱਗੀ ਹੈ ਜੀ ਕੋਈ ਕਿਤੇ ਜਾ ਕੇ ਡਿੱਗੀ ਹੈ ਚੱਲ ਬਾਅਦ 'ਚ ਅਸੀਂ ਡਾਕਟਰ ਨੂੰ ਬੁਲਾ ਕੇ ਉਹ ਕੀਤਾ ਵੀ ਉਹਨਾਂ ਨੇ ਕਿਹਾ ਵੀ ਪਾਣੀ ਕੋਈ ਦਵਾਈ ਵਾਲਾ ਪਾਣੀ ਪੀ ਗਿਆ ਜੀ ਮੇਰੇ 18 ਡੰਗਰ ਮਰ ਗਏ ਜੀ ਬਾਕੀ 6-7 ਸੀਰੀਅਸ ਨੇ ਕਿੰਨੀ ਕੁ ਕੀਮਤ ਵਾਲੇ ਡੰਗਰ ਸੀ ਅਤੇ ਕਿੰਨਾ ਕੁ ਨੁਕਸਾਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਜੀ ਲੱਖ ਰੁਪਏ ਤੋਂ ਉੱਪਰ ਵਾਲੇ ਡੰਗਰ ਹੈ ਜੀ ਸਾਰੇ ਜਿੰਨੇ ਸਿਰੇ ਦੇ ਕਿੰਨੇ ਕੁ ਸੂਣ ਵਾਲੀਆਂ ਸੀਗੀਆਂ ਜਾਂ ਹੋਰ ਇਹਦੇ ਵਿੱਚ ਜੀ 8 ਸੀਗੀਆਂ ਤਾਜ਼ੀਆਂ ਬਾਕੀ 9-10 ਜਿਹੜੀਆਂ ਉਹ ਸੂਣ ਵਾਲੀਆਂ ਸੀ ਕਪਿਆਲ ਤੋਂ ਕਿੱਧਰ ਨੂੰ ਜਾ ਰਹੇ ਸੀ ਤੁਸੀਂ ਕਪਿਆਲ ਤੋਂ ਅਸੀਂ ਜਾ ਰਹੇ ਸੀ ਸੰਗਰੇੜੀ ਨੂੰ ਤੁਹਾਨੂੰ ਕਦੋਂ ਕੋਈ ਘਟਨਾ ਬਾਰੇ ਪਤਾ ਲੱਗਿਆ ਕਿ ਵਜੇ ਦੀ ਘਟਨਾ 2 ਵਜੇ ਦੀ ਘਟਨਾ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਐਂ ਕਰਕੇ ਬਸ ਸਾਨੂੰ ਇੱਥੇ ਜਿਹੜੇ ਮੈਸਾਂ ਨਾਲ ਸੀਗੇ ਉਹਨਾਂ ਨੇ ਫੋਨ ਕੀਤਾ ਵੀ ਮੈਸ ਪਾਣੀ ਪੀ ਕੇ ਭੱਜਣ ਲੱਗ ਗਈ ਹਾਂ ਅਸੀਂ ਜਦ ਇੱਥੇ ਆਏ ਦੇਖਿਆ ਸੀ ਮੈਂ ਸਾਰੀ ਭੱਜ ਰਹੀਆਂ ਸੀ ਅਸੀਂ ਡਾਕਟਰ ਨਾਲ ਇੱਥੇ ਪਿੰਡ ਦੇ ਹੋਰ ਬੰਦੇ ਇਕੱਠੇ ਹੋ ਗਏ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਆ ਕੇ ਟੀਕੇ ਟੂਕੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਜਿਹੜੀਆਂ 18 ਮਾਰੀ ਗਈ ਹੈ ਜੀ ਬਾਕੀ 6-7 ਸੀਰੀਅਸ ਨੇ ਜੀ ਪ੍ਰਸ਼ਾਸਨ ਦੇ ਅਧਿਕਾਰੀ ਡਾਕਟਰ ਵਗੈਰਾ ਪਹੁੰਚੇ ਨੇ ਜੀ ਹਾਂਜੀ ਹਾਂਜੀ ਪਹੁੰਚੇ ਡਾਕਟਰ ਨੇ ਕੀ ਕਿਹਾ ਜੀ ਉਹ ਕਹਿੰਦੇ ਦਵਾਈ ਵਾਲਾ ਪਾਣੀ ਪੀ ਗਈ ਹੈ ਡਾਕਟਰ ਨੇ ਕੋਈ ਦੱਸਿਆ ਵੀ ਜਿਹੜੇ ਬਾਕੀ ਡੰਗਰ ਬਚੇ ਨੇ ਕਿੰਨੇ ਕੁ ਡੰਗਰ ਰਹਿ ਗਏ ਤੁਹਾਡੇ ਬੱਚੇ ਬਚਣ ਹੈਗੇ ਨੇ 20-22 ਡੰਗਰ ਬਚੇ ਹੈਗੇ ਉਹਨਾਂ 'ਚ 6-7 ਸੀਰੀਅਸ ਨੇ ਜੀ ਹਾਲੇ ਸੀਰੀਅਸ ਵਗੈਰਾ ਨੇ ਹਾਂਜੀ ਹਾਂਜੀ ਪ੍ਰਸ਼ਾਸਨ ਵੱਲੋਂ ਪੂਰੀ ਸਹਾਇਤਾ ਮਿਲ ਰਹੀ ਹੈ ਜੀ ਤੁਹਾਨੂੰ ਇਸ ਸੰਬੰਧੀ 'ਚ ਹਾਂਜੀ ਹਾਂਜੀ ਡਾਕਟਰ ਵਗੈਰਾ ਜੀ ਦਵਾਈਆਂ ਵਗੈਰਾ ਦੇ ਹਾਂਜੀ ਹਾਂਜੀ ਦੇ ਰਹੇ ਨੇ ਜੀ ਦੇ ਰਹੇ ਨੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਤਾਂ ਇਹ ਮੰਗਾਂ ਜੀ ਮੈਂ ਗਰੀਬ ਬੰਦਾ ਜੋ ਪ੍ਰਸ਼ਾਸਨ ਮੈਨੂੰ ਗਰੀਬ ਨੂੰ ਮਦਦ ਕਰਨਾ ਚਾਹੁੰਦਾ ਮੇਰੀ ਉਹ ਕਦੀ ਕੋਈ ਹੋਰ ਰੁਜ਼ਗਾਰ ਦੇ ਸਾਧਨ ਹੈਗੇ ਨਹੀਂ ਕੋਈ ਸਾਧਨ ਨਹੀਂ ਹੈ ਜੀ ਰੁਜ਼ਗਾਰ ਦੇ ਬਸ ਇਹਨਾਂ ਤੋਂ ਸੇਵਾ ਕੋਈ ਨਹੀਂ ਇਹ ਬੰਦਾ ਮੱਝਾਂ ਲੈ ਕੇ ਚਾਰ ਰਿਹਾ ਸੀਗਾ ਖਾਲੀ ਖੇਤਾਂ 'ਚ ਅਤੇ ਤਕਰੀਬਨ 1:30 ਵਜੇ ਜਿਹਦੀਆਂ ਮੱਝਾਂ ਕਿਤੇ ਬੈਠੀਆਂ ਸੀਗੀਆਂ ਦਰਖਤ ਦੇ ਕੋਲੇ ਉਸ ਤੋਂ ਬਾਅਦ ਉੱਠ ਕੇ ਆ ਕੇ ਮੋਟਰ 'ਤੇ ਪਾਣੀ ਪੀ ਲਿਆ ਜਦ ਪਸ਼ੂ ਨੇ ਪਾਣੀ ਪੀਤਾ ਅਤੇ ਪਸ਼ੂ ਪਾਣੀ ਪੀਣ ਤੋਂ ਬਾਅਦ ਭੱਜਣ ਲੱਗ ਪਏ ਅਤੇ ਭੱਜਣ ਤੋਂ ਬਾਅਦ ਪਸ਼ੂਆਂ ਦੀ 18-19 ਪਸ਼ੂਆਂ ਦੀ ਮੌਤ ਹੋ ਗਈ ਅਤੇ ਇਹਨਾਂ ਤੋਂ ਕੋਈ ਪਤਾ ਨਹੀਂ ਚੱਲਿਆ ਡਾਕਟਰ ਅਧਿਕਾਰੀ ਆਏ ਡਾਕਟਰ ਨੇ ਆ ਕੇ ਦੱਸਿਆ ਕਿ ਕੋਈ ਬਹੁਤ ਜ਼ਹਿਰੀਲੀ ਦਵਾਈ ਸੀਗੀ ਜਿਹੜੀ ਉੱਥੇ ਔਲੀ ਸਿੱਟੀ ਹੋਈ ਸੀਗੀ ਉਹਦੇ ਨਾਲ ਸਾਰੇ ਡੰਗਰਾਂ ਦੀ ਮੌਤ ਹੋ ਗਈ ਇਹ ਵਿਚਾਰਾ ਗਰੀਬ ਆਦਮੀ ਹੈ ਇਹਦਾ ਕੋਈ ਹੋਰ ਸਾਧਨ ਨਹੀਂ ਹੈ ਇਸ ਤੋਂ ਇਲਾਵਾ ਸਾਰੇ ਡੰਗਰ ਮਰ ਗਏ ਇਸ ਕਰਕੇ ਅਪੀਲ ਹੈ ਕਿ ਇਹਦੀ ਵਰਤੋਂ ਕਿੰਨੇ ਕੁ ਡੰਗਰ ਸੀ ਅਤੇ ਕਿੰਨੇ ਕੁ ਮਰੇ ਡੰਗਰ ਤਾਂ ਸਰ ਇਹੀ ਸੀਗੇ ਇਹਦੇ 18 ਡੰਗਰ ਮਰ ਗਏ 6-7 ਡੰਗਰ ਸੀਰੀਅਸ ਨੇ 5-4 ਗੱਟਰੂ ਬਚ ਗਏ ਹੋਰ ਤਾਂ ਸਾਰੇ ਮਰ ਗਏ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਮਿਲ ਰਹੀ ਹੈ ਹਾਂਜੀ ਪ੍ਰਸ਼ਾਸਨ ਤਾਂ ਪੂਰਾ ਹੁਣੇ ਆਇਆ ਪ੍ਰਸ਼ਾਸਨ ਆ ਗਿਆ ਸਾਰਾ ਡਾਕਟਰ ਸਾਹਿਬਾਨ ਆਏ ਪਬਲਿਕ ਹੈ ਡਾਕਟਰ ਕਿੰਨੇ ਚਿਰ ਬਾਅਦ ਆਏ ਜਦੋਂ ਇਹ ਘਟਨਾ ਹੋਈ ਹੈ ਜੀ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਆਏ ਅਤੇ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਮੰਗ ਤਾਂ ਇਹੀ ਹੈ ਗਰੀਬ ਆਦਮੀ ਹੈ ਜਿਹਦਾ ਇਸ ਤੋਂ ਬਗੈਰ ਕੋਈ ਹੋਰ ਸਾਧਨ ਨਹੀਂ ਦੁੱਧ ਦਾ ਕੰਮ ਹੈ ਔਰ ਇੱਦਾਂ ਹੀ ਪਸ਼ੂ ਚੁਕਾ ਕੇ ਆਪਣਾ ਗੁਜ਼ਾਰਾ ਕਰਦਾ ਸਾਂ ਅਤੇ ਹੁਣ ਕੋਈ ਇਸ ਤੋਂ ਇਲਾਵਾ ਰੁਜ਼ਗਾਰ ਦਾ ਸਾਧਨ ਨਹੀਂ ਰਿਹਾ ਪ੍ਰਸ਼ਾਸਨ ਅੱਗੇ ਜ਼ਿਆਦਾ ਤੋਂ ਜ਼ਿਆਦਾ ਸਾਡੇ ਅਪੀਲ ਹੈ ਕਿ ਇਹਦੀ ਮਦਦ ਕੀਤੀ ਜਾਵੇ ਅੱਜ ਖੇਲ 'ਚ ਪਾਣੀ ਪੀ ਲਏ ਮੱਝਾਂ ਨੇ 6 ਮੱਝਾਂ ਮਰ ਗਈਆਂ ਉਹ 3 ਮੱਝਾਂ ਸੀਰੀਅਸ ਨੇ ਅਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਹਾਡੇ 'ਚ ਨੁਕਸਾਨ 6 ਮੱਝਾਂ ਮਰ ਗਈਆਂ ਜੀ ਵੱਡੀਆਂ ਕਿੱਧਰੋਂ ਆ ਰਹੇ ਸੀਗੇ ਕਿੱਧਰੋਂ ਜਾ ਰਹੇ ਸੀ ਅਸੀਂ ਆ ਪਿੰਡ ਵੱਲੋਂ ਆ ਰਹੇ ਸੀ ਇੱਧਰ ਨੂੰ ਜਾ ਰਹੇ ਸਾਨੂੰ ਢੰਡੋਲੀ ਕਰੇ ਅਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਘਟਨਾ ਕਿੰਨੇ ਕੁ ਵਜੇ ਦੀ ਘਟਨਾ ਵਾਪਰੀ ਅਤੇ ਕਿੰਨੇ ਕੁ ਵਜੇ ਦੀ ਗੱਲ ਸਾਨੂੰ ਪਤਾ ਲੱਗਾ ਜੀ ਜਦੋਂ ਮੱਝਾਂ ਡਿੱਗ ਗਈਆਂ ਕਿੰਨੇ ਕੁ ਵਜੇ ਦੀ ਘਟਨਾ ਜੀ ਹੈਗੀ ਆ 3:30 ਵਜੇ ਦੀ 3:30 ਹਾਂਜੀ ਅਤੇ ਕਿੰਨਾ ਕੁ ਨੁਕਸਾਨ ਹੋਇਆ ਜੀ ਆਪਣਾ ਨੁਕਸਾਨ ਤਾਂ ਖਾਸਾ ਹੀ ਹੋ ਗਿਆ ਲੱਖ ਦੀ ਮੱਝ ਦੀ ਇੱਕ ਅਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਨਸਾਫ ਹੀ ਚਾਹੀਦਾ ਇਹ ਪਾਣੀ ਪੀਣ ਦੇ ਨਾਲ ਹੀ ਹੋਇਆ ਜੀ ਪਾਣੀ ਪੀਣ ਦੇ ਨਾਲ ਜੀ ਜਿੰਨੇ ਮੱਝਾਂ ਨੇ ਪਾਣੀ ਪੀਤਾ ਉਨੇ ਹੀ ਹੋਈ ਆ ਬਾਕੀ ਹੋਰ ਕੁਛ ਨਹੀਂ ਹੋਈ ਕਹਿੰਦੇ ਮੱਕੀ ਮੁੱਕੀ ਵਗੈਰਾ ਖੜੀ ਸੀਗੀ ਉੱਥੇ ਵੀ ਸਪਰੇ ਕਰੀ ਨਾ ਨਾ ਮੱਕੀ ਨਹੀਂ ਮੱਕੀ ਨਾ ਜੀ ਇਕੱਲਾ ਪਾਣੀ ਪੀਤਾ ਖੇਲ 'ਚ ਉਹ ਸਾਹਮਣੇ ਮੋਟਰ ਆ
ਕਪਿਆਲ ਤੋਂ ਸਗੇੜੀ ਵੱਲ ਨੂੰ ਜਾ ਰਹੇ ਸੀਗੇ, ਰਸਤੇ ਚ ਬੱਚੇ ਚ ਉਹਨਾਂ ਨੇ ਪਾਣੀ ਪੀਤਾ, ਜਿਹਨਾਂ ਚੋਂ 18 ਮੱਝਾਂ ਜਿਹੜੀਆਂ ਉਹ ਮਰ ਗਈਆਂ, 3-4 ਦੀ ਹਾਲਤ ਨਾਜ਼ੁਕ ਹੈ। ਡਾਕਟਰ ਸਾਹਿਬ ਦੀ ਟੀਮ ਆਈ ਹੋਈ ਹੈ, ਡਾਕਟਰ ਉਹਨਾਂ ਨੂੰ ਟ੍ਰੀਟ ਕਰ ਰਹੇ ਆ। ਬਾਕੀ ਹੁਣ ਇਹਨਾਂ ਦਾ ਜਿਹੜਾ ਪੋਸਟਮਾਰਟਮ ਉਹ ਸਵੇਰੇ ਮੋਰਨਿੰਗ ਹੋਊਗਾ, ਕਿਉਂਕਿ ਪੈਨਲ ਬੰਦ ਆਉਂਦਾ 3 ਡਾਕਟਰਸ ਦਾ, ਅਤੇ ਉੱਪਰ ਸਾਰੇ ਅਫਸਰਾਂ ਨੂੰ ਸੂਚਿਤ ਕਰਤਾ ਗਿਆ। ਜੋ ਵੀ ਇਹਦਾ ਕਾਰਨ ਬਣੂਗਾ ਦੱਸਿਆ ਜਾਊਗਾ, ਇਹਦੇ 'ਚੋਂ ਜੋ ਰਿਜ਼ਲਟ ਨਿਕਲੂਗਾ ਪੋਸਟਮਾਰਟਮ ਦਾ, ਉਹਦੇ ਮੁਤਾਬਕ ਜੋ ਵੀ ਕਾਰਵਾਈ ਹੋਊਗੀ, ਜੋ ਕਾਨੂੰਨੀ ਕਾਰਵਾਈ ਬਣੂਗੀ। ਸਰ ਪ੍ਰਸ਼ਾਸਨ ਕੋਈ ਮੁਆਵਜ਼ਾ ਵਗੈਰਾ ਦਾ ਕੋਈ ਮੁਆਵਜ਼ਾ ਦੇਖਾਂਗੇ ਇਹੋ ਜਿਹੇ ਪੋਸਟਮਾਰਟਮ ਆਉਣ ਤੋਂ ਬਾਅਦ, ਵੀ ਕੀ ਇਹਦਾ ਕਾਰਨ ਕੀ ਹੈਗਾ, ਬੇਸਿਕ ਇਸ਼ੂ ਕੀ ਹੈਗਾ, ਇੱਕ ਤੋਂ ਚਰ ਕੇ ਆਈਆਂ, ਪਿੱਛੋਂ ਚਰ ਕੇ ਆਈਆਂ, ਇੱਥੇ ਆ ਕੇ ਇਹਨਾਂ ਨੇ ਪਾਣੀ ਪੀਤਾ, ਉਹਦਾ ਕੀ ਕਾਰਨ ਬਣਦਾ ਹੈਗਾ। ਪੁਲਿਸ ਵੀ ਇਨਵੈਸਟੀਗੇਸ਼ਨ ਕਰੂਗੀ, ਜੋ ਹੱਲ ਨਿਕਲੂਗਾ ਉਹਦਾ, ਜੋ ਰਿਜ਼ਲਟ ਨਿਕਲੂਗਾ ਰਿਜ਼ਲਟ ਦੇ ਮੁਤਾਬਕ ਕਾਰਵਾਈ ਕਰਾਂਗੇ। ਹਾਂ, ਸਾਡੇ ਕੋਲ ਅੱਜ ਤਲਾਹ ਆਈ ਸੀਗੀ ਵੀ ਗੁੱਜਰ ਬਰਾਦਰੀ ਦੀਆਂ ਮੈਸਾਂ ਨੇ ਕੁਛ ਜਿਹੜੀਆਂ ਦੀ ਮਤਲਬ ਮੌਤ ਹੋ ਗਈ ਹੈ, ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ, ਮੌਕੇ 'ਤੇ ਆ ਕੇ ਤਫਤੀਸ਼ ਕਰ ਰਹੇ ਹਾਂ। ਤਫਤੀਸ਼ ਦੇ ਦੌਰਾਨ ਜਿਹੋ ਜਿਹੀ ਵੀ ਕੋਈ ਗੱਲ ਸਾਹਮਣੇ ਆਈ, ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਅਮਲ 'ਚ ਲਿਆਉਂਦੀ ਜਾਊ। ਸਰ ਪਤਾ ਲੱਗਿਆ ਵੀ ਕਿੰਨੇ ਕੁ ਡੰਗਰ ਸੀਗੇ ਜਿਹੜੇ ਪਸ਼ੂ ਮਰੇ ਨੇ? 18 ਕੁ ਮੈਸਾਂ ਦਾ ਪਤਾ ਲੱਗਾ ਵੀ ਜਿਨ੍ਹਾਂ ਦੀ ਡੈਥ ਹੋ ਗਈ ਹੈ, ਬਾਕੀ ਕੁਛ ਮੈਸਾਂ ਜਿਹੜੀਆਂ ਨੇ ਉਹ ਸੀਰੀਅਸ ਨੇ, ਅਤੇ ਵੈਟਨਰੀ ਵਿਭਾਗ ਹੈ ਜਿਹੜਾ ਮੌਕੇ 'ਤੇ ਪਹੁੰਚ ਗਿਆ, ਉਹਨਾਂ ਵੱਲੋਂ ਜੋ ਮਤਲਬ ਸਹਾਇਤਾ ਉਹ ਪ੍ਰਦਾਨ ਕੀਤੀ ਜਾ ਰਹੀ ਹੈ।